پاک پیغمبر ابراہیم خلیل اللہ کو اللہ نے جبرائیل امین بھیجا ہے. جبرائیل علیہ الصلوۃ والسلام آن کے ابراہیم خلیل اللہ نوادن اللہ کا جاتون او اللہ کے خلیل کو تھندا یا کم ہوئے تنوریاں دے سردار غلام حاضر ہے جیے حکم کرے میں ہو جو کرا واسطے تیار ہاں. اوے اپنے ایمان نال دسا جدا پوتر دے مرن دا تماشا ویکھن والا ستا پاک ہی بیٹھا ہوئے برادری تماشا ہی بن کے آئے بیٹھی ہوئے لگنے لگنے بھی ابراہیم دے سرن دے منتظر ہوئے نے. اس وقت تن تو کپڑے بھی مشرکی نہ ملا شرم سے پرم دیا نیویاں اللہ نے پیغمبر بد کر کے بھگوڑے دے اندر بیٹھا ہے. ہن تھوڑا جی چھوٹا دے ہونا ہے تے ابراہیم خلیل اللہ نے بندی پٹھی اگ دے اندر ون کے گرنا ہے. سارے لوگ انتظار دے اندر بیٹھے کتو جبرائیل امین بھی آ گیا ہے. کہنے لگا ابراہیم میرے بسا کوئی کم ہوئے تا غلام حاضر ہے. اگو اللہ دا پیغمبر فرمائیدا ہے او جبرائیل جس آن ڈٹھے یار دی خاطر سارا کچھ قربان کر چھوڑیا ہے تن تو کپڑے بھی لوہا کے دے چھوڑے جی اجا بھی اس نو میں ابراہیم دی حالت دا پتہ کوئی نہیں پر اس نال سنگت تیاری لائی دا فائدہ سانو کیڑا ملنا ہے لہذا سانو تیری لوڑ کوئی نہیں ہے. آخر کار آخر لگا چلو میرے کول تیرا کوئی دھندا نہیں تا چلو تو اللہ دے دعا تا کر جا کہ اللہ مینو اس پٹھے چو بچا جا تو منگدا من تے میں جبرائیل آمین آمین کرے دے سا ابراہیم خلیل اللہ آتا ہے جڑا سارا کچھ لگدا منگڑ دی بھی ضرورت کوئی نہیں ہے. آخر کار او جھوٹ پہ مرے دے اس وقت ابراہیم خلیل اللہ دی زبان جو کیڑا جملہ نکلیا حسبی اللہ لکھا روپیے بھر کے کیس کرنا آسان ہے یا بندہ
500 ਰੁਪਈਆ ਦੇ ਕੇ ਤਵੀਜ਼ ਲਿਖਾ ਕੇ ਅਗਲੇ ਬੰਦੇ ਦਾ ਕੰਮ ਕਰਾ ਛੋੜੇ, ਉਹ ਆਸਾਨ ਹੈ ਨਾ। ਇਹ ਮੌਲਵੀ ਤਾਂ 100 ਰੁਪਈਏ ਤੇ ਫੇਕ ਲੈਂਦੇ ਹਨ, ਕਿਸੇ ਇਹ ਕਿਉਂ ਨਾ ਕੀਤਾ ਲੱਖ ਰੁਪਏ ਦਾ ਤਵੀਜ਼ ਲਿਖਾ ਕੇ ਜੰਗ ਛੋੜੇ ਨਾ, ਤਾਂ ਕਿ ਆਮ ਸਹੀ ਜੇਲ ਦੇ ਅੰਦਰ ਏੜੀਆ ਰਗੜਦਾ ਰਗੜਦਾ ਮਰ ਜਾਵੇ, ਪੈਰ ਨਾ ਆਵੇ। ਮਗਰ ਅੱਲਾ ਨੇ ਸਾਬਤ ਕਰ ਦਿੱਤਾ, ਜਿਹੜਾ ਇਮਾਨ ਦੀ ਗੈਰਤ ਰੱਖਦਾ ਹੈ ਉਸ ਦੀ ਇੱਜ਼ਤ ਤੇ ਗੈਰਤ ਨੂੰ ਮੈਂ ਅੱਲਾ ਵੀ ਦਾਗਦਾਰ ਨਹੀਂ ਹੋਵੇ। ਆਪਣੀਆਂ ਧੀਆਂ ਨੂੰ, ਬੇਟੀਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਬੀਵੀਆਂ ਨੂੰ ਦਰਬਾਰਾਂ ਤੇ ਲੈ ਜਾ, ਉਸਨੂੰ ਆਪਣੀ ਇੱਜ਼ਤ ਦਾ ਅਹਿਸਾਸ ਨਹੀਂ ਹੁੰਦਾ। ਜਿਹੜਾ ਇਮਾਨਦਾਰ ਹੈ ਉਹਦੇ ਵਾਸਤੇ ਵੇਖ ਲਓ ਲਫ਼ਜ਼ ਕੁਰਾਨ ਪਾਕ ਨੇ ਕੀ ਬੋਲੇ, ਕੁਲ ਲਿਲ ਮੁਮਿਨਾ, ਕੁਲ ਲਿਲ ਜਿਹਦੇ ਅੰਦਰ ਕੀ ਖਲ ਗਈ ਇਮਾਨ, ਉਹ ਮੁਮਿਨ ਕੌਣ ਹੁੰਦਾ ਜਿਹਦੇ ਅੰਦਰ ਕੀ ਖਲੋਤਾ ਹੋਇਆ ਇਮਾਨ। ਕੁਲ ਲਿਲ ਮੁਮਿਨੀ, ਕੁਲ ਲਿਲ ਮੁਮਿਨਾ ਆਪਣੀ ਅੱਖ ਦਾ ਉਤਲਾ ਛੱਪੜ ਕੱਟ ਕੇ ਗੈਰ ਮਹਰਮ ਵੱਲ ਵੇਖਣਾ ਗਵਾਰਾ। ਕਿਉਂ? ਕਿ ਉਹਨੂੰ ਗੈਰ ਮਹਰਮ ਮੇਰ ਕੌਣ ਨੇ ਪੇ ਵੇਖਣ ਦੇਣਾ, ਉਹਦੇ ਅੰਦਰ ਕੀ ਇਹ ਗੱਲ ਹੈ ਇਮਾਨ ਖਾਨ। ਇਮਾਨ ਸਭ ਕੀ ਗੈਰਤ ਦਾ ਹੈ, ਜਿੱਥੇ ਇਮਾਨ ਨਹੀਂ ਉੱਥੇ ਇਹ ਸਮਝੋ ਠੇਰ ਕਿਹੜੀ ਸ਼ਾਇਦ ਹੈ ਬੇਗਰ। ਇਹ ਸੌਖਾ ਲਫ਼ਜ਼ ਨਹੀਂ ਗੈਰਤ ਤੇ ਬੇਗੈਰਤ, ਗੈਰਤ ਹਮੇਸ਼ਾ ਹੋ ਸੀ ਤਾਂ ਇਮਾਨ ਵਾਲੀ ਜਾਤ ਹੈ, ਜਿੱਥੇ ਇਮਾਨ ਨਾ ਹੋ ਸੀ ਉੱਥੇ ਗੈਰਤ ਹੈ। ਦੇਖੋ ਨਾ ਤੇਰੇ ਮੇਰੇ ਘਰ ਦੇ ਬਾਹਰ ਕੋਈ ਆਮ ਆਦਮੀ ਇੱਕ ਦਫ਼ਾ ਗੁਜ਼ਰਦਾ, ਦੂਜੀ ਵਾਰੀ ਗੁਜ਼ਰਦਾ, ਤੀਜੀ ਵਾਰੀ ਸਾਡੇ ਭੂਏ ਦਾ ਕੋਈ ਖੰਭ ਖੜ ਸੀ ਤਾਂ ਉਹਨੂੰ ਫਾੜ ਕੇ ਤਾਂ ਉਹਨੂੰ ਆਖਣ ਹੈਰਾਨ ਰਿਹਾ ਤੂੰ ਕੀ ਸਮਝ। ਤੈਨੂੰ ਮੇਰੇ ਘਰ ਦਾ ਦਰਵਾਜ਼ਾ ਨਜ਼ਰ ਆ, ਤੈਨੂੰ ਹੋਰ ਇਹ ਖਗਣੇ ਤੇ ਜਾ ਕੇ ਘਰ ਖਾ, ਇੱਥੇ ਮੇਰੇ ਘਰ ਦੇ ਬਾਹਰ ਨਹੀਂ ਕਰਨਾ। ਤੇਰੀ ਮੇਰੀ ਹਵੇਲੀ ਦੇ ਬਾਹਰੋਂ ਕੋ ਗੈਰ ਮਹਿਰਮ ਆਦਮੀ ਖਗੂਰਾ ਮਾਰੇ ਤੇਰੀ ਮੇਰੀ ਗੈਰਤ ਬਰਦਾਸ਼ਤ, ਬੋਲੋ ਗੈਰਤ ਬਰਦਾਸ਼ਤ ਨਹੀਂ ਕਰਦੀ। ਤੇ ਜਦੋਂ ਤੇਰੀ ਦਿਲ ਵਾਲੀ ਹਵੇਲੀ ਦੇ ਬਾਹਰੋਂ ਵਧੇ ਹੋ ਤੇ ਸਾਰੇ ਫੇਰਾ ਮਰੇ ਤੇ ਉੱਥੇ ਤੇਰੀ ਗੈਰਤ ਕਿਉਂ ਸੋਤੀ ਪਈ ਹੋਈ, ਜਿਹੜੇ
ਸ਼ੋਲੇ ਪਿਆ ਮਰਿਆ ਦਾ ਅੱਲਾ ਮੈਂ ਵੀ
ਜੋਗਰੀਆ ਅੰਨਾ ਯਕੋ ਲੋਲੀ ਅੱਲਾ ਸਹੀ ਤਾਂ ਦਿਲ ਮਨੇਂਦਾ ਪੁੱਤਰ ਤਾਂ ਤੋਏ ਮੈਨੂੰ ਦੇਵੜਾ ਹੈ ਮਗਰ ਅੰਨਾ ਉਹਦੀ ਕੈਫੀਅਤ ਦੱਸਾ ਉਹਦੀ ਹਾਲਤ ਦੱਸਾ ਜੋ ਕਿਵੇਂ ਕਰਕੇ ਦੇਵੜਾ ਹੈ ਅੱਗੂ ਅੱਲਾ ਦਾ ਕੁਰਾਨ ਫਰਮਾਇਦਾ ਹੈ ਅੱਲਾ ਕਰੀਮ ਫਰਮਾਇਦਾ ਹੈ ਉਸਲਾ ਨਾਲ ਉਹ ਸੌ ਜਾ ਤੈਨੂੰ ਜਵਾਨ ਕਰਨਾ ਤੇ ਤੇਰੀ ਕਾਂਜ ਬੀਬੀ ਨੂੰ ਠੀਕ ਕਰਨ ਵਾਲਾ ਕੰਮ